ਕੰਗਨਾ ਰਣੌਤ ਦੀ ਤਸਵੀਰ ਸਾਹਮਣੇ ਆਉਂਦੀ ਆ, ਕੋਈ ਨਾ ਕੋਈ ਵਿਵਾਦ ਤੁਹਾਡੇ ਸਾਹਮਣੇ ਆ ਜਾਏਗਾ। ਐਮਰਜੈਂਸੀ ਦਾ ਜਿਹੜਾ ਗੇੜ ਆ ਉਹ ਕਿਸੇ ਸਮੇਂ ਦਾ ਸੀ, ਚਲਦੀ ਸੀ ਉਹ ਕੋਈ ਹੋਰ ਸਮਾਂ ਸੀ। ਭੈਣਾਂ ਦੇ ਉੱਤੇ ਕਹਿੰਦੇ ਹੋ ਕਿ 200-200 ਰੁਪਏ ਦੇ ਵਿਚਾਰ ਦਿੰਦੀਆਂ ਨੇ, ਕਹਿੰਦੇ ਕਿਸ ਤਰੀਕੇ ਦੀ ਸ਼ਬਦਾਵਲੀ। ਜਿਸ ਮਹਿੰਦਰ ਕੌਰ ਬੀਬੀ ਦੇ ਬਾਰੇ, ਸਾਡੀ ਦੇ ਬਾਰੇ ਇਹ ਗੱਲ ਕੀਤੀ ਗਈ ਕਿ 200-200 ਰੁਪਏ, ਤੁਹਾਨੂੰ ਪਤਾ ਕਿੰਨੇ ਕਰੋੜਾਂ ਦੀ ਮਾਲਕ ਆ ਉਹ ਬੀਬੀ। ਇੱਕ ਜਿਹੜਾ ਥੱਪੜ ਕਰਾਰਾ ਜੇ ਵੱਜਿਆ ਸੀ ਨਾ, ਉਹਦੀ ਸੀ ਬਚਣਾ, ਉਹ ਬਚ ਜਾਣਾ ਸੀ। ਪਹਿਲਾਂ ਭਾਰਤੀ ਜਨਤਾ ਪਾਰਟੀ ਇਸ ਵੱਲ ਧਿਆਨ ਦੇ ਲੈਂਦੀ, ਕਿਤੇ ਨਾ ਕਿਤੇ ਬਚਾਅ ਹੋ ਸਕਦਾ ਸੀ। ਹਰਜੀਤ ਗਰੇਵਾਲ ਭਾਰਤੀ ਜਨਤਾ ਪਾਰਟੀ ਦਾ ਇੱਕ ਪ੍ਰਮੁੱਖ ਚਿਹਰਾ, ਉਹਨਾਂ ਨੇ ਕਿਸਾਨ ਅੰਦੋਲਨ ਦੇ ਬਾਰੇ ਜਿੰਨਾ ਕੁਝ ਬੋਲਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪਰ ਅੱਜ ਉਹਨਾਂ ਨੂੰ ਵੀ ਪਤਾ ਹੈ ਕਿ ਹਰਿਆਣੇ ਦੇ ਵਿੱਚ ਇਲੈਕਸ਼ਨ ਨੇ, ਤਾਂ ਹੀ ਤਾਂ ਉਹ ਕਹਿ ਰਹੇ ਨੇ ਕਿ ਬੀਬੀ ਕੰਗਨਾ ਰਣੌਤ ਅੱਗ ਦੇ ਨਾਲ ਨਾ ਖੇਡਣ। ਸਤਿ ਸ਼੍ਰੀ ਅਕਾਲ, ਸਵਾਗਤ, ਤੁਸੀਂ ਦੇਖ ਰਹੇ ਡੇਲੀ ਪੋਸਟ ਪੰਜਾਬ। ਇੱਕ ਵਾਰ ਫਿਰ ਕੰਗਨਾ ਜਿਹੜਾ ਵਿਵਾਦਾਂ ਦੇ ਵਿੱਚ ਜ਼ਰੂਰ ਛਿੜੀ ਹੋਈ ਹੈ, ਕਿਉਂਕਿ ਪਹਿਲਾਂ ਐਮਰਜੈਂਸੀ ਫਿਲਮ ਦੇ ਲੈ ਕੇ ਜਿਹੜਾ ਸਿੱਖ ਪੰਥਕ ਦੇ ਵੱਲੋਂ ਕਿਹਾ ਜਾ ਰਿਹਾ ਕਿ ਫਿਲਮ ਵਿਵਾਦਿਤ ਹੈਗੀ, ਇਸ ਦੇ ਵਿੱਚ ਗਲਤ ਗਲਤ ਜੋ ਇੱਕ ਸਿੱਖਾਂ ਦਾ ਜਿਹੜਾ ਚਿਹਰਾ ਦਿਖਾਇਆ ਗਿਆ, ਤਾਂ ਹੁਣ ਕਿਸਾਨਾਂ ਨੂੰ ਲੈ ਕੇ ਵੱਡਾ ਜਿਹੜਾ ਬਿਆਨ ਦਿੱਤਾ ਹੈ ਕੰਗਨਾ ਰਣਾਵਤ, ਜਿਸ 'ਤੇ ਸਿਆਸਤ ਵੀ ਪੱਕੀ ਹੋਈ ਹੈ ਅਤੇ ਆਮ ਲੋਕ ਅਤੇ ਕਿਸਾਨ ਕਾਫੀ ਜਿਹੜਾ ਮਾਹੌਲ ਗਰਮਾਇਆ ਹੋਇਆ। ਤਾਂ ਸਾਡੇ ਨਾਲ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸੋਸ਼ਲ ਵਰਕਰ ਸਾਡੇ ਨਾਲ ਹਰਦੀਪ ਕੌਰ ਵਿਰਕ ਹੈਗੇ ਨੇ, ਜਿਹੜੇ ਹਮੇਸ਼ਾ ਇਹਨਾਂ ਮੁੱਦਿਆਂ 'ਤੇ ਗੱਲਬਾਤ ਕਰਦੇ। ਅਤੇ ਸਭ ਤੋਂ ਪਹਿਲਾਂ ਸਵਾਗਤ ਡੇਲੀ ਪੋਸਟ ਪੰਜਾਬੀ ਦਾ ਜੀ। ਬਹੁਤ ਬਹੁਤ ਧੰਨਵਾਦ, ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਛਲੇ ਸਮੇਂ ਵੀ ਆਪਾਂ ਗੱਲਬਾਤ ਕੀਤੀ ਸੀ ਜਦੋਂ ਏਅਰਪੋਰਟ 'ਤੇ ਜੋ ਸੀਨ ਹੋਇਆ ਸੀ, ਤਾਂ ਹੁਣ ਫਿਰ ਉਹੀ ਕੰਗਨਾ ਅਤੇ ਉਹੀ ਪੰਜਾਬ ਨੂੰ ਲੈ ਕੇ ਇਹ ਜੇ ਬਿਆਨ ਦੇਣੇ ਕਿ ਬੰਗਲਾਦੇਸ਼ ਵਰਗੇ ਹਾਲਾਤ ਜਿਹੜੇ ਬਣ ਸਕਦੇ ਸੀ। ਸੰਦੀਪ, ਦੇਖੋ ਕੰਗਨਾ ਰਣੌਤ ਦੀ ਵੈਸੇ ਤਾਂ ਮੈਂ ਕਹਾਂ ਕਿ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਨਾ, ਤਾਂ ਜਦੋਂ ਕੰਗਨਾ ਰਣੌਤ ਦੀ ਤਸਵੀਰ ਸਾਹਮਣੇ ਆਉਂਦੀ ਆ, ਕੋਈ ਨਾ ਕੋਈ ਵਿਵਾਦ ਤੁਹਾਡੇ ਸਾਹਮਣੇ ਆ ਜਾਏਗਾ। ਹੁਣ ਜਿਹੜਾ ਨਵਾਂ ਵਿਵਾਦ ਲੈ ਕੇ ਕੰਗਨਾ ਰਣੌਤ ਆਈ, ਉਹ ਇਸ ਕਰਕੇ ਆਈ ਕਿ ਫਿਲਮ ਹਿੱਟ ਹੋ ਜਾਏ, ਪਰ ਇਦਾਂ ਫਿਲਮਾਂ ਹਿੱਟ ਨਹੀਂ ਹੁੰਦੀਆਂ। ਫਿਲਮਾਂ ਨੂੰ ਫਿਲਮਾਉਣ ਦੇ ਲਈ ਜਾਂ ਫਿਲਮ ਜਦੋਂ ਕਿਤੇ ਵੀ ਪਬਲਿਸ਼ ਕੀਤੀ ਜਾਂਦੀ ਹੈ, ਉਹਦੇ ਵਿੱਚ ਕੋਈ ਦਮਖਮ ਹੋਣਾ ਚਾਹੀਦਾ ਹੈ। ਭੰਡੀ ਪ੍ਰਚਾਰ ਕਰਕੇ ਜੇਕਰ ਕੋਈ ਪਬਲਿਸਿਟੀ ਲੈਣਾ ਚਾਹੇ, ਤਾਂ ਉਹਨੂੰ ਦੇਸ਼ ਦੇ ਲੋਕ ਬਾਖੂਬੀ ਜਾਣਦੇ ਨੇ। ਜਿਸ ਤਰੀਕੇ ਦੇ ਨਾਲ ਉਹ ਟ੍ਰੇਲਰ ਰਿਲੀਜ਼ ਹੋਇਆ, ਟ੍ਰੇਲਰ ਦੇ ਵਿੱਚ 2 ਮਿੰਟ 54 ਸੈਕਿੰਡ ਦਾ ਟ੍ਰੇਲਰ ਹੈ, ਉਹਦੇ ਵਿੱਚ ਜਿਸ ਤਰੀਕੇ ਨਾਲ ਗੱਲ ਕੀਤੀ ਗਈ ਆ ਕਿ ਤੁਹਾਡੀ ਪਾਰਟੀ ਨੂੰ ਵੋਟਾਂ ਚਾਹੀਦੀਆਂ ਨੇ ਅਤੇ ਸਾਨੂੰ, ਇਹ ਮੁੱਦਾ ਜਿਹੜਾ ਹੈਗਾ ਬੜਾ ਭਖਿਆ। ਪਰ ਜਦੋਂ ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਹਾਂ, ਤਾਂ ਸਿੱਖ ਕੌਮ ਉਹਨਾਂ ਨੂੰ ਆਪਣਾ ਸ਼ਹੀਦ ਮੰਨਦੀ ਆ। ਬਹੁਤ ਸਾਰੀਆਂ ਗੱਲਾਂ ਨੇ ਜਦੋਂ ਸੰਤ ਜਰਨੈਲ ਸਿੰਘ ਬਾਰੇ ਅਸੀਂ ਗੱਲ ਕਰਦੇ ਹਾਂ, ਅਤੇ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਮਾਜ ਦੇ ਲਈ ਜਿਹੜੇ ਨੇ ਕੰਮ ਕੀਤੇ ਹੈਗੇ ਨੇ, ਅਤੇ ਅਜਿਹੇ ਦੇ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਇਸ ਤਰੀਕੇ ਦੇ ਨਾਲ ਦਰਸਾਉਣਾ ਕਿ ਉਹ, ਪਹਿਲੀ ਗੱਲ ਤਾਂ ਜਦੋਂ ਅਸੀਂ ਟਾਈਮਿੰਗ ਦੀ ਗੱਲ ਕਰਦੇ ਹਾਂ, ਉਹ ਟਾਈਮਿੰਗ ਹੀ ਸਹੀ ਨਹੀਂ ਹੈ। ਐਮਰਜੈਂਸੀ ਦਾ ਜਿਹੜਾ ਗੇੜ ਆ ਉਹ ਕਿਸੇ ਸਮੇਂ ਦਾ ਸੀ, ਚਲਦੀ ਸੀ ਉਹ ਕੋਈ ਹੋਰ ਸਮਾਂ ਸੀ। ਬਿਲਕੁਲ, ਹੁਣ ਜਿਹੜਾ ਨਵਾਂ ਬਿਆਨ ਹੈਗਾ ਉਹ ਹਾਲੇ ਮਾਮਲਾ ਠੰਡਾ ਨਹੀਂ ਹੋਇਆ, ਇਹ ਇਸ ਨੂੰ ਅਸੀਂ ਫਿਲਮ ਨਾਲ ਹੀ ਜੋੜੀਏ। ਜੇਕਰ ਕਿਸਾਨਾਂ 'ਤੇ ਜੋ ਉਹਨਾਂ ਨੇ ਬਿਆਨ ਦਿੱਤਾ ਕਿ ਕਿਸਾਨ ਅੰਦੋਲਨ ਦੌਰਾਨ ਕੀ ਕੁਛ ਅਜਿਹਾ ਹੋਇਆ ਜਿਹੜਾ ਅਸੀਂ ਬਿਆਨ ਵੀ ਨਹੀਂ ਕਰ ਸਕਦੇ। ਜਿਹੜੀ ਤੁਸੀਂ ਗੱਲ ਕੀਤੀ ਕਿ ਕੰਗਨਾ ਰਣੌਤ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਦੌਰਾਨ ਬਹੁਤ ਸਾਰੀਆਂ ਮਹਿਲਾਵਾਂ ਦੇ ਉੱਥੇ ਹੁੰਦੇ ਰਹੇ ਨੇ, ਕਤਲ ਹੁੰਦੇ ਰਹੇ ਨੇ, ਜੇਕਰ ਸੰਦੀਪ ਅਜਿਹਾ ਹੁੰਦਾ ਤਾਂ ਇਹ ਜਿਹੜਾ ਕਿਸਾਨ ਅੰਦੋਲਨ ਸੀ ਇਹ ਜਨ ਅੰਦੋਲਨ ਨਾ ਬਣਦਾ। ਜੇਕਰ ਅਜਿਹੀ ਚੀਜ਼ ਹੁੰਦੀ ਤਾਂ ਪੰਜਾਬ ਦੇ ਮਾਪੇ,
ਵੱਖ-ਵੱਖ ਸੂਬਿਆਂ ਤੋਂ ਮਾਪੇ ਆਪਣੀਆਂ ਧੀਆਂ ਨੂੰ ਇਸ ਕਿਸਾਨ ਅੰਦੋਲਨ ਦੇ ਵਿੱਚ ਨਾ ਭੇਜਦੇ। ਜੇਕਰ ਅਜਿਹਾ ਹੁੰਦਾ ਤਾਂ ਉੱਥੇ ਇਸ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਲੰਗਰ ਵਰਤਦੇ ਪਏ ਸੀ, ਜਿਸ ਤਰੀਕੇ ਦੇ ਨਾਲ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵੱਲ ਜਿਹੜਾ ਧਿਆਨ ਰੱਖਿਆ ਜਾ ਰਿਹਾ ਸੀ, ਤਾਂ ਉਹ ਚੀਜ਼ਾਂ ਨਾ ਹੁੰਦੀਆਂ। ਹਰ ਇੱਕ ਵਰਗ ਜੁੜਿਆ ਸੀ, ਜਨ ਅੰਦੋਲਨ ਬਣਿਆ ਸੀ। ਤੇ ਅਜਿਹੇ ਜਨ ਅੰਦੋਲਨ ਦੇ ਉੱਤੇ ਕਦੇ ਤੁਸੀਂ ਮਾਵਾਂ ਭੈਣਾਂ ਦੇ ਉੱਤੇ ਕਹਿੰਦੇ ਹੋ ਕਿ 200-200 ਰੁਪਏ ਦੇ ਵਿਚ ਆ ਦਿੰਦੀਆਂ ਨੇ, ਕਦੇ ਕਿਸ ਤਰੀਕੇ ਦੀ ਸ਼ਬਦਾਵਲੀ, ਔਰਤ ਕਹਿੰਦੇ। ਜਦੋਂ ਅਸੀਂ ਔਰਤ ਦੀ ਗੱਲ ਕਰਦੇ ਹਾਂ ਤਾਂ ਤਹਿਜ਼ੀਬ ਅਤੇ ਦਾਇਰਾ ਇੱਕ ਔਰਤ ਦਾ ਗਹਿਣਾ ਹੁੰਦਾ ਹੈ। ਸ਼ਰਮ ਜਿਹੜੀ ਹੈਗੀ ਉਹ ਹੋਣੀ ਚਾਹੀਦੀ ਆ, ਆਪ ਤੋਂ ਵੱਡੇ ਦੀ ਜਿਹੜੀ ਹੈਗੀ ਸ਼ਰਮ ਹੋਣੀ ਬੇਹੱਦ ਲਾਜ਼ਮੀ ਆ। ਤੁਸੀਂ ਹਰ ਇੱਕ ਚੀਜ਼ ਨੂੰ ਜਿਹੜਾ ਹੈਗਾ ਉਤਾਰ ਕੇ ਪਰਾਂ ਮਾਰਿਆ, ਤੁਸੀਂ ਉਹਨਾਂ ਬਜ਼ੁਰਗ ਬੀਬੀਆਂ ਦਾ ਖਿਆਲ ਤੱਕ ਨਹੀਂ ਕੀਤਾ। ਜਿਸ ਮਹਿੰਦਰ ਕੌਰ ਬੀਬੀ ਦੇ ਬਾਰੇ, ਸਾਡੀ ਦੇ ਬਾਰੇ ਇਹ ਗੱਲ ਕੀਤੀ ਗਈ ਕਿ 200-200 ਰੁਪਏ, ਤੁਹਾਨੂੰ ਪਤਾ ਕਿੰਨੇ ਕਰੋੜਾਂ ਦੀ ਮਾਲਕ ਆ ਉਹ ਬੀਬੀ। ਬਿਲਕੁਲ, ਸਾਡੀਆਂ ਬੀਬੀਆਂ ਜਿਹੜੀਆਂ ਨੇ ਸਾਰੀਆਂ ਕੋਈ ਹੈ ਤਾਂ ਨਹੀਂ, ਪਰ ਹਾਂ ਜਿਹੜੀ ਸਾਡੀ ਕੌਮ ਆ, ਜਿਹੜੀ ਸਿੱਖ ਕੌਮ ਦੀ ਅਸੀਂ ਗੱਲ ਕਰਦੇ ਹਾਂ, ਜਾਂ ਜਿਹੜੀਆਂ ਸਾਡੀਆਂ ਸਿੱਖ ਬੀਬੀਆਂ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਬੈਠੀਆਂ ਸੀ, ਉਹ ਕਿਰਤੀ ਬੀਬੀਆਂ ਨੇ, ਉਹ ਕਿਰਤ ਕਰਨੀਆਂ ਨੇ। ਕਿਉਂਕਿ ਸਾਨੂੰ ਪਹਿਲੀ ਪਾਤਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਕ ਸਿਧਾਂਤ ਦਿੱਤਾ ਹੈ, ਕਿਰਤ ਕਰੋ ਵੰਡ ਛਕੋ। ਕਿਰਤ ਕਰਦੇ ਨੇ, ਵੰਡ ਕੇ ਛਕਦੇ ਨੇ, ਅਤੇ ਉਹ ਵੰਡ ਕੇ ਛਕਣ ਦਾ ਜਿਹੜਾ ਸਿਧਾਂਤ ਸੀ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ ਕਿਸਾਨ ਅੰਦੋਲਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਲਾਗੂ ਹੋਇਆ।